ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ, ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ। ਅਸੀਂ ਭਿੜ ਗਏ ਮਛਰੇ ਹਾਥੀ ਨਾ, ਅਸੀਂ ਭਿੜ ਗਏ ਮਛਰੇ ਹਾਥੀ ਨਾ, ਅਸੀਂ ਇੰਜਣ ਤੋਲੇ ਛਾਤੀ ਨਾ ਟੈਂਕ ਤੋਪ ਦਾ ਭੈ ਸਾਨੂੰ, ਸਾਡਾ ਜਨਮ ਹੋਇਆ ਹਥਿਆਰਾਂ ਤੋਂ। ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ, ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ। ਸਾਡਾ ਹਿੰਦੂ ਨਾਲ ਕੋਈ ਵੈਰ ਨਹੀਂ, ਇਹ ਵੀ ਆਪਣਾ ਹੈ ਕੋਈ ਗੈਰ ਨਹੀਂ, ਸਾਡੀ ਕਿਸੇ ਧਰਮ ਨਾਲ ਲੱਗਦੀ ਨਾ, ਬਸ ਔਖੇ ਆ ਸਰਕਾਰਾਂ ਤੋਂ। ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ, ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ। ਠੰਡੇ ਬੁਰਜ 'ਚ ਬੈਠੇ ਨਿੱਗ ਬੁੱਕਲ ਦਾ ਮਾਣ ਦੇ, ਸੂਬੇ ਦੀ ਕਚਹਿਰੀ ਹਿੱਕ ਸੂਬੇ ਨੂੰ ਹੀ ਤਾਣ ਦੇ, ਗੋਬਿੰਦ ਦੇ ਜਾਏ ਪਏ ਵਜ਼ੀਰ ਖਾਂ ਤੇ ਪਾਰੇ ਸੀ, ਨਿੱਕੀਆਂ ਦੋ ਜਿੰਦਾ ਮਾਂ ਗੁਜਰੀ ਦੇ ਤਾਰੇ ਸੀ। ਸਾ ਕੌਮ ਦੇ ਆਵਾਰਸਾਂ ਨੇ ਕੌਮ ਦੇ ਲਿਵਾਰੇ ਸੀ, ਨਿੱਕੀਆਂ ਦੋ ਜਿੰਦਾ ਮਾਂ ਗੁਜਰੀ ਦੇ ਤਾਰੇ ਸੀ। ਖੜ ਸੂਬੇ ਦੀ ਕਚਹਿਰੀ ਫਤਿਹ ਗੱਜ ਕੇ ਬੁਲਾਉਂਦੇ ਰਹੇ, ਝੁਕੇ ਨਾ ਉਹ ਮੌਤ ਮੂਰੇ ਜ਼ਾਲਮ ਡਰਾਉਂਦੇ ਰਹੇ, ਔਖਤਾ ਨੂੰ ਵੇਖ ਕਦੇ ਹੌਂਸਲੇ ਨਿਹਾਰੇ ਸੀ, ਨਿੱਕੀਆਂ ਦੋ ਜਿੰਦਾ ਮਾਂ ਗੁਜਰੀ ਦੇ ਤਾਰੇ ਸੀ। ਸਾ ਕੌਮ ਦੇ ਆਵਾਰਸਾਂ ਨੇ ਕੌਮ ਦੇ ਲਿਵਾਰੇ ਸੀ, ਨਿੱਕੀਆਂ ਦੋ ਜਿੰਦਾ ਮਾਂ ਗੁਜਰੀ ਦੇ ਤਾਰੇ ਸੀ। ਅਣਖਾਂ ਦੇ ਭਰੇ ਦੋਵੇਂ ਉਹਨਾਂ ਨਿੱਕੇ ਸ਼ੇਰਾਂ ਨੇ, ਦਾਗ ਨਾ ਲਵਾਇਆ ਕਦੇ ਕੌਮ ਦੇ ਦਲੇਰਾਂ ਨੇ, ਔਖਤਾਂ ਨੂੰ ਵੇਖ ਕਦੇ
ਹੌਸਲੇ ਨਿਹਾਰੇ ਸੀ ਨਿੱਕੀਆਂ ਦੋ ਜਿੰਦਾ ਮਾਂ ਗੁਜ਼ਰੀ ਦੇ ਤਾਰੇ ਸੀ ਭੁੱਲਦਾ ਨੀ ਸਕਾ ਮੈਨੂੰ ਸਰਹੰਦ ਵਾਲੀ ਕੰਧ ਦਾ ਕਦੇ ਮੁੱਲ ਦੇ ਨੀ ਹੋਣਾ ਹੌਸਲੇ ਬੁਲੰਦ ਦਾ ਕੌਮ ਦੇ ਲੇਖੇ ਲਾਏ ਪੁੱਤ ਉਹਨੇ ਚਾਰੇ ਸੀ ਨਿੱਕੀਆਂ ਦੋ ਜਿੰਦਾ ਮਾਂ ਗੁਜ਼ਰੀ ਦੇ ਤਾਰੇ ਸੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਤੂੰ ਲਾਲ ਕਿਲੇ ਦੀ ਰਾਣੀ ਏ ਤੇਰੇ ਖਸਮ ਵੀ ਤਾਜਾਂ ਵਾਲੇ ਨੇ ਅਸੀਂ ਵਾਰਸ ਕੱਚੀਆਂ ਗੜੀਆਂ ਦੇ ਸਾਨੂੰ ਪਾਲਿਆ ਬਾਜਾਂ ਵਾਲੇ ਨੇ ਤੇਰੇ ਲਈ ਮਖਮਲੀ ਸੇ ਜਾਣੇ ਸਾਡੇ ਲਈ ਮਾਛੀ ਵਾੜੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਤੈਨੂੰ ਮਾਣ ਹਮੇਸ਼ਾ ਰਹਿੰਦਾ ਏ ਕਦੇ ਚੰਦੂ ਤੇ ਕਦੇ ਗੰਗੂ ਤੇ ਪਰ ਉਸ ਵੇਲੇ ਕੋਈ ਬੌੜਿਆ ਨਾ ਜਦ ਖਤਰਾ ਬਣਿਆ ਜੰਝੂ ਤੇ ਤੂੰ ਚੌਂਕ ਚਾਂਦਨੀ ਭੁੱਲ ਗਈ ਏ ਭੁੱਲ ਬੈਠੀ ਤੇ ਗਾਇਆਂ ਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਬੋਲੇ ਸੋਨਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਵੀਰ ਨੇ ਬਹੁਤ ਸੋਹਣੀ ਕਵਿਤਾ ਪੜ੍ਹੀ ਹੈ ਹੁਣ ਭਾਈ ਹਰਦੀਪ ਸਿੰਘ ਜੀ ਕਥਾ ਕਰਨਗੇ ਭਾਈ ਇਹਨਾਂ ਦਾ ਸਮਾਂ 25 ਮਿੰਟ ਦਾ ਹੈ ਕਿਉਂਕਿ ਬੇਅੰਤ ਸਿੰਘ ਜੀ ਧਰਮ ਪ੍ਰਚਾਰਕ ਵੀ ਪਹੁੰਚ ਚੁੱਕੇ ਨੇ ਉਹਨਾਂ ਤੋਂ ਉਪਰੰਤ ਢਾਡੀ ਜਥਾ ਹੈ ਇਸ ਕਰਕੇ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ